मेरे तीन गेस्ट आ रहे ने ओ जिसले डोर बैल देन ना दरवाजा खोल दीजिए बिल्कुल नहीं खोलना ओना कन टप के आना है ओ छलेडे दे बच्चे ने ओना नु बिल्कुल ना पता लगे कि तीन बंदे असी ऑलरेडी पहले तो इथे रह रहे हैं ते ये कमरा फटाफट साफ करो ते गद्दा चुक के ते गद्दे दे उत्ते मारो ते जिसले आउन ना आसे पासे हो जाना मैं उन्हों नाल वन टू वन कन्वर्सेशन करनी है चौधरी साहब जिहड़ा कमरा है ना मैं जिन्ना मर्जी आसे पासे होवां मेरा कोई ना कोई पासा नजर आ जाना है ओ वड्डे जिवें कहिंदे हुण मन्नी दा फिर कहिंदे बूटा गाला कढ़दा चुक गद्दा आ जा चुक ओ कसमा टिक जा आ टूटियां जला कर थले कर मकान मालक नू शरीफ बन के मिली दा तू रहण दे तू शक्लो शरीफ है पर है नहीं इन्नी वारी बैल नहीं वजाई दी सड़ जांदी हुंदी है चौधरी साहब नू मिलना जी वजा ओ कमरा किराए ते लेना ही ओ आ जाओ आ जाओ आ जाओ आ जाओ दिस इज द हाउस और इन्हू बिल्कुल अपना घर नहीं समझना फॉलो मी दिस इज द रूम वेयर वी लिव टूगैदर ए तुही कल्ले रहिंदे इत्थे कि होर भी कोई रहिंदा नहीं कल्ला यूजली किचन कित्थे है जी फर्स्ट लेफ्ट लांगरी नू पै गया फिकर किचन दा है जी ओ चाचा गया ते है ही हां आ जिंदरली वाशरूम भी वेख आई जिंदर केड़ा तोड़े चो मैं तुसी वाशरूम च रहना मोस्टली ला भाई किचन ओदे नालों खुला वैसे भी चाहो बंदे ने कन्ने क वर्तना पिछे ओ खलो यार फिर कहंदे बूटा गाला कढ़दा पिछे ओ कोई होर भी रहंदा इत्थे तुही ते कहंदे कल्ले हां जी मेरे नाल पार्टनर रह गए ने पार्टनर पार्टनर्स आ जाओ नो प्रॉब्लम ਪਰਦੇ ਦੇ ਪਿੱਛੇ ਸੋ ਅਸੀਂ ਪਰਦੇ ਦੇ ਪਿੱਛੇ ਬੈ ਕੇ ਹਿਸਾਬ ਕਰ ਰਹੇ ਸੀ ਭਾਈ ਪੈਸਾ ਹੀ ਇੰਨਾ ਹੈ ਇਹ ਕੱਲ 50,000 ਪਾਉਂਡ ਬੈਂਕ 'ਚ ਰਖਾਇਆ ਬੈਂਕ ਹੀ ਭੁੱਲ ਗਿਆ ਉਹ ਯਾਰ ਨਾ ਟੈਨਸ਼ਨ ਲਿਆ ਕਰ ਸਿਰਫ 50,000 ਰੁਪਏ ਦੀ ਟੈਨਸ਼ਨ ਲੈਣ ਦਿਆ ਉਹ 50,000 ਪਾਉਂਡ ਕਿੰਨਾ ਕੁ ਹੁੰਦਾ ਸਾਡੇ ਕੋਲ ਇੰਨਾ ਪੈਸਾ ਹੈ ਸੋਚਨੇ ਆ ਕਿ ਪੈਸੇ ਦਾ ਕੀ ਕਰੀਏ ਬੈਠੋ 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 ਉਹ ਇੱਕ ਮਿੰਟ ਪੰਜਾਬ ਤੋਂ ਫੋਨ ਹੈ ਪਾਪਾ ਹੈਲੋ ਪਾਪਾ ਕੈਸੇ ਆ ਠੀਕ ਆ ਉਹ ਨਹੀਂ ਨਹੀਂ ਪਾਪਾ ਤੁਸੀਂ ਓਹੋ ਤੁਸੀਂ ਸਮਝਦੇ ਨਹੀਂ ਮੈਂ ਜੁੰਮੇ ਵਾਲੇ ਦਿਨ ਇਮਰਾਨ ਖਾਨ ਸਾਹਿਬ ਨਾਲ ਖਾਣਾ ਨਹੀਂ ਖਾ ਸਕਦਾ ਇਹਨੇ ਤੁਹਾਡੀ ਨਹੀਂ ਮੰਨੀ ਮੇਰੀ ਗੱਲ ਕਰਾਓ ਹੈਲੋ ਚਾਚਾ ਜੀ ਇਹ ਜੁੰਮੇ ਵਾਲੇ ਦਿਨ ਖਾਣਾ ਨਹੀਂ ਖਾ ਸਕਦਾ ਇਹਨੇ ਇੱਥੇ ਜੁੱਤੀਆਂ ਖਾਣੀਆਂ ਨੇ ਚਾਚਾ ਜੀ ਹੱਸ ਪਏ ਓ ਯਾਰ ਨਾ ਕਰਿਆ ਕਰ ਹੈਲੋ ਹਾਂ ਪਾਪਾ ਚਲੋ ਬਾਅਦ ਮੈਂ ਬਾਤ ਕਰਾਂਗੇ ਬਿਜ਼ਨਸ ਮੀਟਿੰਗ ਹੋ ਰਹੀ ਹੈ ਇੱਕ ਇਹ ਬੰਦ ਕਰੋ ਚਲੋ ਨਾ ਕਰੋ ਤੁਸੀਂ ਵੀ ਸੁਣ ਲਓ ਬੈਲੈਂਸ ਹੀ ਨਾ ਜ਼ਾਇਆ ਹੋ ਜਾਏਗਾ 1,500 ਦਾ ਕੋਈ ਗੱਲ ਨਹੀਂ ਯਾਰ ਮੇਰੀ ਗੱਲ ਸੁਣ ਇੱਕ ਮੁੰਡਾ ਨਾ ਰੱਖ ਲਈ ਘਰੇ 'ਚ ਹਾਂ ਯਾਰ ਕੋਈ ਮਾੜਾ ਜਿਹਾ ਬੰਦਾ ਵੇਖ ਕੇ ਨਾ ਉਹਨੂੰ ਕੋਈ 10,000-15,000 ਪਾਉਂਡ ਦੇ ਦਿਆ ਕਰਾਂਗੇ ਆਹੋ ਨਾਲੇ ਗਰੀਬ ਦਾ ਭਲਾ ਹੋ ਜਾਏ ਬਈ ਪੈਸਾ ਹੈ ਜੋ ਇੰਨਾ ਕੀ ਹੋਇਆ ਓ ਯਾਰ ਕੀ ਹੋਇਆ ਭਾਜੀ ਮੇਰੇ ਨਾ 5 ਪਾਉਂਡ ਹੀ ਪਤਾ ਨਹੀਂ ਕਿੱਥੇ ਸੁੱਟ ਲਏ ਸੁੱਟ ਲਏ ਇੱਥੇ ਹਾਂ ਇਹ ਹੁਣ ਇਸ ਕਮਰੇ 'ਚ ਹਾਂਜੀ ਇੱਕ ਮਿੰਟ ਭਾਜੀ ਇੱਕ ਮਿੰਟ ਇਹ ਲੱਭ ਜਾਂਦੇ ਨੇ ਅਸੀਂ ਹੈ ਨਾ ਬੜੇ ਲਾਪਰਵਾਹ ਬੰਦੇ ਹੋ ਪੈਸੇ ਹੀ ਦੇਖ ਦਿੰਦੇ ਹੋ ਇੱਥੇ ਹੀ ਹੋਣੇ ਇਜ਼ੀ ਹੋ ਜਾਓ ਓ ਭਾਈ ਉੱਠ ਇੱਥੋਂ ਉੱਠ ਯਾਰ ਯਾ ਲਾ ਲੱਭ ਜਾਣ ਉੱਠੋ ਭਾਜੀ ਮੈਨੂੰ ਤੁਹਾਡੇ ਤੇ ਸ਼ੱਕ ਕੇ ਓਏ ਇੱਥੇ ਬੈਠੇ ਸਨ ਇੱਥੇ ਹੋਣੇ ਨੇ ਇੱਥੇ ਵੇਖੋ ਹੋਣੇ ਲੱਭ ਜਾਣੇ ਨੇ ਮੈਨੂੰ ਭਾਜੀ ਜਦੋਂ 5 ਪਾਉਣ ਲੱਭ ਗਿਆ ਨਾ ਤੁਸੀਂ 1 ਪਾਉਣ ਮੈਨੂੰ ਦੇਣਾ ਹਾਂਜੀ ਹਾਂਜੀ ਹੋਣੇ ਲੱਭ ਲੈਣੇ ਜੀਰੇ ਤੁਸੀਂ ਇਹਨਾਂ ਸਾਰਿਆਂ ਨੂੰ ਲੈ ਕੇ ਜ਼ਰਾ ਬਾਹਰ ਕੰਪਨੀ ਦਿਓ ਮੈਂ ਕਮਰੇ ਦੀ ਜ਼ਰਾ ਸਫਾਈ ਕਰ ਲਾਂ ਹੈ ਜਦੋਂ ਸਫਾਈ ਕਰ ਲੇਗਾ ਨਾ ਅੱਧੀ ਅੱਧੀ ਸਫਾਈ ਹੋਏਗੀ ਲੱਭ ਜਾਣਗੇ ਦੇਖੋ ਜੀ ਤੁਸੀਂ ਬਿਰਾਓ ਕੋਈ ਐਸੀ ਗੱਲ ਨਹੀਂ ਹੈ ਕਿਰਾਇਆ ਟਾਈਮ ਤੇ ਦੇਣਾ ਨੇ ਹੈ ਠੀਕ ਹੈ ਜੀ ਡੀਲ ਡਨ ਡਨ ਲਿਆਓ ਫਿਰ ਆਪਣਾ ਸਮਾਨ ਤੇ ਲਾਓ ਮਹਿਫਲ